ਸਤਿਸ਼ਕਾਲ ਦੋਸਤੋ, ਮੈਂ ਵਿਕਾਸ ਮਲਹੋਤਰਾ ਔਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। ਤੋਂ ਕਰਨਾਲ ਦੇ ਵਿੱਚ ਅੱਜ ਜਿਹੜੇ ਚਾਰ ਸੰਦਿਗਧ ਵਿਅਕਤੀ ਫੜੇ ਗਏ ਨੇ, ਉਹਨਾਂ ਦੇ ਕੋਲੋਂ ਤੇ ਜਿਹੜੇ ਹਥਿਆਰ ਬਰਾਮਦ ਹੋਏ ਨੇ, ਉਸ ਦੇ ਨਾਲ ਨਾਲ ਜਿਹੜੇ ਬਾਰੂਦ ਬਰਾਮਦ ਹੋਇਆ। ਤੋਂ ਇੱਕ ਜਿਹੜਾ ਆਰੋਪੀ ਹੈ ਉਹਨਾਂ ਦੇ ਵਿੱਚੋਂ ਇੱਕ ਲੁਧਿਆਣੇ ਦਾ ਰਹਿਣ ਵਾਲਾ। ਸੋ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿਹੜੀਆਂ ਲੁਧਿਆਣੇ ਦੇ ਪਿੰਡ ਪੱਟੀਆਂ ਦੇ ਵਿੱਚ ਰਹਿਣ ਵਾਲੇ ਵਿਅਕਤੀ ਜਿਹੜਾ ਭੁਪਿੰਦਰ ਸਿੰਘ ਗੋਪੀ ਦੱਸਿਆ ਜਾ ਰਿਹਾ। ਸੋ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਹੈ ਕਿ ਸਰਚ ਅਭਿਆਨ ਉਹਦੇ ਘਰ ਦੇ ਆਸ ਪਾਸ ਚਲਾਇਆ ਜਾ ਰਿਹਾ। ਸੋ ਇਹ ਖਾਲੀ ਪਲਾਟ ਹੈ, ਕੋਠੀ ਦੇ ਬਿਲਕੁਲ ਨਾਲ ਦਾ ਪਲਾਟ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਜਿਹੜੀ ਹੈ ਟੀਮ ਜਿਹੜੀ ਹੈ ਸਰਚ ਕਰ ਰਹੀ ਹੈ। ਸੋ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਪੱਟੀਆਂ ਦੇ ਪਿੰਡ, ਲੁਧਿਆਣਾ ਦੇ ਪੱਟੀਆਂ ਪਿੰਡ ਦੇ ਵਿੱਚ। ਸੋ ਬੌਂਬ ਸਕੁਆਡ ਦੀ ਜਿਹੜੀਆਂ ਟੀਮਾਂ ਨੇ ਉਹ ਮੌਕੇ ਤੇ ਪਹੁੰਚੀਆਂ ਹੋਈਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਨੇ ਦ ਸਿਟੀ ਹੈਡਲਾਈਨਸ ਦੇ ਉੱਪਰ। ਇੱਕ ਆਰੋਪੀ ਜਿਹੜਾ ਕਿ ਲੁਧਿਆਣਾ ਦੇ ਵਿੱਚ ਰਹਿਣ ਵਾਲਾ ਸੀਗਾ, ਕਰਨਾਲ ਦੇ ਵਿੱਚ ਅੱਜ ਚਾਰ ਸੰਦਿਗਧ ਆਰੋਪੀਆਂ ਨੂੰ ਜਿਹੜਾ ਕਰਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਸੰਦਿਗਧ ਅੱਤਵਾਦੀ ਨੇ ਜਿਹੜੇ ਉਹਨਾਂ ਕੋਲੋਂ ਜਿਹੜੇ ਵਿਸਫੋਟਕ ਸਮੱਗਰੀ ਜਿਹੜੀ ਹੈ ਬਰਾਮਦ ਕੀਤੀ ਗਈ ਸੀਗੀ। ਸੋ ਉਸ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਇੱਕ ਵਿਅਕਤੀ ਜਿਹੜਾ ਲੁਧਿਆਣਾ ਦੇ ਅਤੇ ਤਿੰਨ ਫਿਰੋਜ਼ਪੁਰ ਦੇ ਨੇ। ਸੋ ਲੁਧਿਆਣਾ ਦੇ ਪਿੰਡ ਪੱਟੀਆਂ ਦੇ ਵਿੱਚ ਰਹਿਣ ਵਾਲੇ ਭੁਪਿੰਦਰ ਸਿੰਘ ਏਲੀਅਸ ਗੋਪੀ ਦਾ ਘਰ ਹੈ ਜਿਹੜਾ, ਇਹ ਜਿਹੜੀ ਪਿੱਛੇ ਤੁਸੀਂ ਦੀਵਾਰ ਦੇਖ ਰਹੇ ਹੋ ਇਹ ਗੋਪੀ ਦੇ ਘਰ ਦੀ ਦੀਵਾਰ ਹੈ, ਔਰ ਉਹਦੇ ਨਾਲ ਜਿਹੜਾ ਖਾਲੀ ਪਲਾਟ ਹੈ। ਬਿਲਕੁਲ ਖਾਲੀ ਪਲਾਟ ਦੇ ਵਿੱਚ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਜਿਹੜੀ ਬੌਂਬ ਸਕੁਆਡ ਦੀ ਟੀਮ ਹੈ ਉਹ ਜਿਹੜੀ ਹੈ ਚੈਕਿੰਗ ਚੱਲ ਰਹੀ ਹੈ ਤਾਂ ਕਿ ਕੋਈ ਅਤੇ ਆਪੱਤੀਜਨਕ ਜਿਹੜੀ ਚੀਜ਼ ਹੈ ਉਹ ਨਾ ਮਿਲ ਸਕੇ। ਸੋ ਪੁਲਿਸ ਨੂੰ ਜਿਹੜਾ ਹੈ ਪੁਲਿਸ ਨੇ ਚਾਰੋਂ ਪਾਸੋਂ ਕੋਠੀ ਨੂੰ ਘੇਰ ਰੱਖਿਆ। ਸੋ ਚੱਪਾ ਚੱਪਾ ਜਿਹੜਾ ਛਾਨਿਆ ਜਾ ਰਿਹਾ। ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਬੌਂਬ ਸਕੁਆਡ ਦੀ ਟੀਮ ਹੈ ਲੁਧਿਆਣਾ ਪੁਲਿਸ ਦੀ, ਔਰ ਪਿੰਡ ਪੱਟੀਆਂ ਦੇ ਵਿੱਚ ਜਿਹੜਾ ਹੈ ਲੁਧਿਆਣਾ ਪੁਲਿਸ ਦੀ ਟੀਮ ਜਿਹੜੀ ਆ ਪਹੁੰਚੀ ਹੋਈ ਹੈ। ਸੋ ਇਹ ਕੋਠੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ, ਲਾਈਵ ਤਸਵੀਰਾਂ ਨੇ। ਜਿਹੜਾ ਆਸ ਪਾਸ ਦੇ ਲੋਕ ਵੀ ਜਿਹੜਾ ਭੀੜ ਇਕੱਠੀ ਹੋਈ ਹੋਈ ਹੈ, ਸੋ ਇੱਥੇ ਦੇ ਲੋਕ ਵੀ ਜਿਹੜੇ ਇਕੱਠੇ ਹੋਏ ਹੋਏ ਨੇ। ਸੋ ਮੁਹੱਲਾ ਪੂਰਾ ਜਿਹੜਾ ਨੌਜਵਾਨ ਇੱਥੇ ਸੀਗਾ ਅਤੇ ਉਹ ਅੱਜ ਜਿਹੜਾ ਬੌਂਬ ਦੇ ਨਾਲ ਉੱਥੇ ਫੜਿਆ ਗਿਆ, ਵਿਸਫੋਟਕ ਸਮੱਗਰੀ ਦੇ ਨਾਲ ਫੜਿਆ ਗਿਆ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਪਿੰਡ ਪੱਟੀਆਂ ਤੋਂ। ਸੋ ਇਹ ਕੋਠੀ ਹੈ ਜਿਹੜੀ, ਤੁਹਾਨੂੰ ਕੋਠੀ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ, ਜਿਹੜੀ ਭੁਪਿੰਦਰ ਸਿੰਘ ਕੋਠੀ ਹੈ, ਜਿਹੜੀ ਕੋਠੀ ਦੇ ਬਾਹਰ ਜਿਹੜਾ ਸਰਚ ਕੀਤਾ ਜਾ ਰਿਹਾ। ਸੋ ਇਹ ਕੋਠੀ ਹੈ, ਦੱਸੀ ਜਾ ਰਹੀ ਹੈ ਕਿ ਕੋਠੀ ਜਿਹੜੀ ਹੈ ਭੁਪਿੰਦਰ ਸਿੰਘ ਗੋਪੀ ਦੀ ਹੈ। ਜਿਹੜਾ ਤਸਵੀਰਾਂ ਤੁਸੀਂ ਦੇਖਦੇ ਹੋ ਜਿਹੜੀਆਂ ਭੁਪਿੰਦਰ ਸਿੰਘ ਗੋਪੀ ਦੇ ਘਰ ਦੀਆਂ ਤਸਵੀਰਾਂ ਨੇ। ਸੋ ਅੰਦਰ ਜਿਹੜੇ ਨੇ ਪੁਲਿਸ ਅਧਿਕਾਰੀ ਮੌਜੂਦ ਨੇ। ਸੋ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਸੰਬੰਧ ਨੇ। ਸੋ ਅੱਜ ਕਰਨਾਲ ਪੁਲਿਸ ਵੱਲੋਂ ਜਿਹੜੇ 6 ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਜਿਹਦੇ ਵਿੱਚੋਂ 3 ਫਿਰੋਜ਼ਪੁਰ ਦੇ ਨੇ ਔਰ 1 ਜਿਹੜਾ ਅੱਤਵਾਦੀ ਰਹਿੰਦਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਔਰ ਪਾਕਿਸਤਾਨ ਦੇ ਨਾਲ ਕਨੈਕਸ਼ਨ ਦੱਸਿਆ ਜਾ ਰਿਹਾ। ਸੋ ਵਿਸਫੋਟਕ ਸਮੱਗਰੀ ਜਿਹੜੀ ਹੈ ਬਰਾਮਦ ਹੋਈ ਸੀਗੀ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਿੰਡ ਦੇ ਸਰਪੰਚ ਨੇ। ਸਰਪੰਚ ਸਾਹਿਬ, ਕੀ ਲੱਗਦਾ ਹੈ ਕਿ ਪਿੰਡ ਦੇ ਵਿੱਚ ਅੱਜ ਜਿਹੜਾ ਨੌਜਵਾਨ ਫੜਿਆ ਗਿਆ ਕਰਨਾਲ ਦੇ ਵਿੱਚ, ਹਾਂਜੀ, ਕੀ ਲੱਗਦਾ ਹੈ ਕਿ ਪਰਿਵਾਰ ਕਿੱਦਾਂ ਦਾ ਸੀਗਾ? ਤੁਸੀਂ ਤਾਂ ਇੱਥੇ ਦੇ ਰਹਿਣ ਵਾਲੇ ਹੋ, ਵਸਨੀਕ ਹੋ, ਇੱਥੇ ਦੇ ਸਰਪੰਚ ਹੋ। ਸ਼ਰੀਫ ਪਰਿਵਾਰ ਆ ਜੀ, ਬਹੁਤ ਸ਼ਰੀਫ ਪਰਿਵਾਰ ਆ। ਕੀ ਲੱਗਦਾ ਹੈ ਕਿ ਮੁੰਡਾ ਮੁੰਡੇ ਦਾ ਸਾਨੂੰ ਤਾਂ ਨਜਾਇਜ਼ ਹੀ ਲੱਗਦੀ ਹੈ ਜੀ,
ਜਿਸ ਹਿਸਾਬ ਨਾਲ ਮਤਲਬ ਪਰਿਵਾਰ ਸੀਗਾ ਇਹ, ਹੁਣ ਕੀ ਹਾਲਾਤ ਬਣੇ ਉੱਥੇ, ਕੀ ਨਹੀਂ ਬਣੇ, ਹੁਣ ਅਸੀਂ ਕੁਛ ਕਹਿ ਨਹੀਂ ਸਕਦੇ ਉਹਦੇ ਬਾਰੇ। ਅੱਜ ਜਿਹੜਾ ਘਰੋਂ ਅੱਜ ਹੀ ਗਿਆ ਜੀ? ਕੱਲ ਦਾ ਗਿਆ। ਕੱਲ ਗਿਆ। ਤੇ ਕੀ ਕਹਿ ਕੇ ਗਏ ਨੇ ਜੀ ਘਰੋਂ? ਘਰੋਂ ਤਾਂ ਫਾਦਰ ਨਾਲ ਗੱਲ ਹੋਈ ਸੀਗੀ, ਉਹ ਕਹਿੰਦੇ ਵੀ ਹਜ਼ੂਰ ਸਾਹਿਬ ਜਾਣ ਦਾ ਕਹਿ ਕੇ ਗਏ ਆ ਵੀ ਹਜ਼ੂਰ ਸਾਹਿਬ ਚੱਲੇ ਆ। परिवार है काफी शरीफ है, लोगों के मिलनसार वाला परिवार है। और जी कोठी है भुपिंदर सिंह गोपी की कोठी है, सो एक घर दसा जा रहा पिंड पट्टिया के लुधियाना के पिंड पट्टिया के घर है जो भुपिंदर सिंह गोपी का है, जो करनाल अज संदिग्ध चार बंद फड़िया गया, जिन्हों के एक भुपिंदर सिंह है और चार बंदे ने जोड़े, तीन फिरोजपुर के एक लुधियाना है, और उस तो इलावा जो करनाल पुलिस ने नामजद किया गया रिंदा अतवादी रिंदा नामजद किया कि ड्रोन के जरिए जो हथियार इतने पंजाब सप्लाई किया जा रहा, और नंदेड़ साहब जा रहे थे, नंदेड़ साहब के यह कहा जा रहा है कि वड्डी किसी वारदात को उत्थों की अंजाम दिता जाना सी। सो इलाके के लोग भी जोड़े काफ़ी शौक ने, और इलाके के लोग भी जोड़े ने इतने आस पास घर के बाहर खड़े हुए हैं। सो पंजाब पुलिस की लुधियाना कमिश्नरेट पुलिस वालों भी जोड़ा कोठी को पूरी तरह घेर लिता गया है और आस पास जी है सर्च की जा रही है। लुधियाना कमिश्नरेट पुलिस जी है इलाके सर्च कर रही है आस पास के जो खाली प्लाट ने और जड़िया गलिया ने गलिया के भी सर्च की जा रही है। चप्पा चप्पा जरा छानिया जा रहा है, चप्पे चप्पे से जी है छानबीन की जा रही है ताकि किसी तरह की कोई विस्फोटक समागरी जी हो तो पता चल सके। सो पुलिस के सीनियर अधिकारी जोड़े ने वो कोठी के अंदर मौजूद ने, परिवार के नाल गलबात की जा रही है। हालांकि इलाके के लोगों का कहना है कि परिवार जोड़ा है कि काफ़ी निहायत शरीफ परिवार है, लोगों के नाल मिलनसार वाला परिवार है। सो ये भी कहा गया है कि भुपिंदर सिंह गोपी जोड़ा है कल अपने परिवार को नंदेड़ साहब जाने के लिए कह के गया। पुलिस वालों छाणिया गया है, इसके अलावा भी इलाके की छानबीन की जा रही है। ये भुपिंदर सिंह हानी की जी है एक घर है पट्टिया पिंड लुधियाना के पट्टिया पिंड घर है। लुधियाना के सीनियर पुलिस अधिकारी जोड़े ने लगातार मौके पर पहुँच रहे हैं और भुपिंदर सिंह गोपी की जी कोठी का पूरी तरह पुलिस ने अपने कब्जे ले ली है। परिवार जोड़ा है वो तो पूछताछ की जा रही है कि कहोजे लोगों ने भुपिंदर सिंह गोपी के रिलेशन से कहोजे लोगों के नाल संपर्क सेगा और जोड़ा टाइम वह होंगे सगा वो किस टाइम पर की करता सगा सारी पूछगिछ जी है घरद तो की जा रही है।
तस्वीरां सीगियां जिहड़ियां तुहानूं दिखाईआं ने भुपिंदर सिंह गोपी दी कोठी दीआं तस्वीरां ने सुर लुधियाणा तों कल जिहड़ा है अपने दोस्तां दे नाल इह कह के गिआ सीगा घर की ਉਹ ਜਿਹੜਾ ਹਜ਼ੂਰ ਸਾਹਿਬ ਮੱਥਾ ਟੇਕਣ ਦੇ ਲਈ ਚੱਲਿਆ ਸੋ ਅੱਜ ਕਰਨਾਲ ਪੁਲਿਸ ਵੱਲੋਂ ਜਿਹੜਾ ਚਾਰ ਆਰੋਪੀ ਗ੍ਰਿਫਤਾਰ ਕੀਤੇ ਜਾਂਦੇ ਉਸ ਤੋਂ ਬਾਅਦ ਜਿਹੜਾ ਕਿ ਤਿੰਨ ਬੰਦੇ ਜਿਹੜੇ ਹੈ ਫਿਰੋਜ਼ਪੁਰ ਦੇ ਦੱਸੇ ਜਾਂਦੇ ਔਰ ਇੱਕ ਪਿੰਡ ਪਟੀਆਂ ਲੁਧਿਆਣਾ ਦਾ ਦੱਸਿਆ ਗਿਆ ਜਿਹੜਾ ਭੁਪਿੰਦਰ ਸਿੰਘ ਗੋਪੀ ਹੈ ਸੋ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਪਰਿਵਾਰ ਬੜਾ ਮਿਲਨਸਾਰ ਹੈ ਸੋ ਲੁਧਿਆਣਾ ਪੁਲਿਸ ਨੇ ਵੀ ਜਿਹੜਾ ਇਲਾਕੇ ਨੂੰ ਆਪਣੇ ਇਲਾਕੇ ਨੂੰ ਸਰਚ ਕਰ ਰਹੀ ਹੈ ਔਰ ਆਸ ਪਾਸ ਜਿਹੜਾ ਸਰਚ ਕੀਤਾ ਜਾ ਰਿਹਾ ਸੋ ਹੋਰ ਵੀ ਸੀਨੀਅਰ ਪੁਲਿਸ ਅਧਿਕਾਰੀ ਇੱਥੇ ਮੌਕੇ ਤੇ ਪਹੁੰਚ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਹਰਿਆਣਾ ਪੁਲਿਸ ਦੀ ਟੀਮ ਵੀ ਜਿਹੜੀ ਹੈ ਇੱਕ ਲੁਧਿਆਣਾ ਪਹੁੰਚ ਰਹੀ ਹੈ ਔਰ ਜਿਹੜਾ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰਕੇ ਜਿਹੜਾ ਪੂਰੀ ਤਰ੍ਹਾਂ ਸਰਚ ਕੀਤੀ ਜਾਏਗੀ। ਕੈਮਰਾਮੈਨ ਕਰਨ ਦੇ ਨਾਲ ਵਿਕਾਸ ਮਲਹੋਤਰਾ ਦਾ ਸਿਟੀ ਹੈਡਲਾਈਨਸ।